ਇਹ ਆਕਾਸ਼ਵਾਨੀ ਜੰਮੂ ਹੈ 29 ਪਵਨ ਵਰਮਾ ਕੋਲਾ ਖਬਰਾਂ ਸੁਣੋ ਉਪਰਾਸ਼ਪਤੀ ਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਤਨਖਰ ਨੇ ਕੱਲ ਸੰਸਦ ਪਾਸਿਆ ਪਾਰਿਤ ਮਹਿਲਾ ਹਲਕਣ ਬਿੱਲ ਉਪਰ ਆਪਣੇ ਦਸਖਤ ਕੀਤੇ ਹਨ ਇਹਦੇ ਸਾਬ ਪਹਿਲੇ ਇਸ ਬਿੱਲ ਕੀ ਰਾਸ਼ਟਰਪਤੀ ਦ੍ਰੋਪਤੀ ਮੂਰਮੂ ਦੇ ਕੋਲ ਉੰਦੀ ਸਹਿਮਤੀ ਯਾਸਤੇ ਪੇਸ਼ ਕੀਤਾ ਗਿਆ ਹਾ ਸੰਵਿਧਾਨ ਸੰਸ਼ੋਧਨ ਬਿੱਲ ਇਸਮੇ ਨੇ ਦੀ ਸ਼ੁਰੂਆਤ ਸੰਸਦ ਦੇ ਵਿਸ਼ੇਸ਼ ਸੱਤ ਦਰਾਂ ਲੋਕ ਸਭਾ ਸ਼ਾ ਤੇ ਰਾਜ ਸਭਾ ਸ਼ਾ ਸਰਵ ਸਹਿਮਤੀ ਕਰਨੇ ਪਾਰਿਤ ਕੀਤਾ ਗਿਆ ਹਾ ਇਸ ਬਿੱਲ ਚ ਮਹਿਲਾਇਆਂ ਕੀ ਲੋਕ ਸਭਾ ਤੇ ਰਾਜ ਵਿਧਾਨ ਸਭਾਾਂ ਚ ਤੇ 80% आरक्षण ਦਿੱਤਾ ਗਿਆ ਹੈ ਇਸ ਬਿੱਲ ਦੀ ਲਾਗੂ ਕਰਨੇ ਚ ਅਜੇ ਸਮਾਂ ਲੱਗਗ ਕੀਜੇ ਅਗਲੀ ਜਨਗਨਨਾ ਅਤੇ ਬਾਅਦ ਪਰਿਸ਼ਿਦ ਨੂੰ ਦੀ ਕਵਾਇ ਚ ਸੀਟੇ ਦਾ ਪਤਾ ਲਾਇਆ ਜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਕੱਲ ਨਵੀਂ ਦਿੱਲੀ ਚ ਦੇਸ਼ ਦੇ ਆकांक्षी ਬਲਾਕੇ ਤਾਈ ਇੱਕ ਹਫਤਾ ਲੰਮਾ ਕਾਰਜਕ੍ਰਮ ਸੰਕਲਪ ਸਪਤਾ ਦਾ ਉਦਘਾਟਨ ਕਰਗਨ ਇਹ ਕਾਰਜਕ੍ਰਮ ਭਾਰਤ ਮੰਡਪਮ ਚ ਕੀਤਾ ਜਾ ਰਿਹਾ ਹੈ ਤੇ ਇਸ ਉਦਘਾਟਨੀ ਕਾਰਜਕ੍ਰਮ ਚ ਪੂਰੇ ਦੇਸ਼ ਦੇ 7300 ਪੰਚਾਇਤਾਂ ਦੇ ਤੇ ਬਲਾਕ ਸਤਰ ਦੇ ਲੋਕਾਂ ਦੇ ਨੁਮਾਇੰਦੇ ਕਾਰਕਰਤਾ ਇਸ ਆ ਲੰਗਨ ਇਸ ਦੇ ਅਲਾਵਾ ਤਕਰੀਬਨ 2 ਲੱਖ ਲੋਕ ਜਿਹਦੇ ਚ ਬਲਾਕ ਤੇ ਪੰਚਾਇਤ ਸਤਰ ਦੇ ਕਾਰਕਰਤਾ ਕਿਸਾਨ ਤੇ ਉਹਨੇ ਤਬਕੇ ਦੇ ਲੋਕ ਇਸ ਕਾਰਜਕ੍ਰਮ ਕਰਨੇ ਵਰਚੂੜੀ ਜੁੜਗਨ ਪੈਨਸ਼ਨ ਫੰਡ ਰੈਗੂਲੇਟਰੀ ਤੇ ਡਵੈਲਪਮੈਂਟ ਅਥਾਰਟੀ ਸੋਸ਼ਲ ਸਿਕਿਉਰਿਟੀ ਸਕੀਮ ਦੀ ਤੇ ਨੈਸ਼ਨਲ ਪੈਨਸ਼ਨ ਸਕੀਮ ਦੀ ਸਾਰੇ ਬੈਂਕਾਂ ਦੀਆਂ ਸ਼ਾਖਾਵਾਂ ਤੇ ਡਾਕਰਾਂ ਵਿੱਚ ਲਾਗੂ ਕਰਵਾਉਣੇ ਦੇ ਕੰਮੇ 'ਚ ਲੱਗੀ ਦੀ ਹੈ PF RDA ਦੇ ਚੇਅਰਮੈਨ ਦੀਪਕ ਮੋਹਨਤੀ ਉਹਦੇ ਮੁਤਾਬਕ ਇਹ ਜੋਰ NPS ਦੇ ਉਤਪਾਦ ਦੇਗੀ ਲੋਕệਤਾ ਕਰ ਸੋਖੇ ਪਜਾਣੇ ਦੇ ਰਾਂ ਪੈਨਸ਼ਨ ਯੋਜਨਾਏ ਦੀ ਪੈਡ ਗੀ ਬਦਾਨੇ ਲਈਨ ਮੋਹਨਤੀ ਉਹ ਰਿਆਖਿਆ ਜੇ PF RDA ਖੇਤਰੀ ਗ੍ਰਾਮੀਣ ਬੈਂਕਾਂ ਤੇ ਬੈਂਕਿੰਗ ਸੰਵਿਧਾਤਾਇਆਂ ਕਰਨੇ ਨੈਸ਼ਨਲ ਪੈਨਸ਼ਨ ਸਕੀਮ ਲਈ ਜੋੜੇ ਦਾ ਹੈ ਤਾਂ ਜੇ ਗਰਾਂ ਦੇ ਲੋਕਾਂ ਕੀ ਤੇ ਨਿੱਕੇ ਕਸਬੇ ਦੇ ਲੋਕਾਂ ਕੀ ਇਸ ਸਕੀਮ ਦਾ ਲਾਭ ਮਿਲੀ ਸਕਾ ਫਿਲਹਾਲ ਇਸ ਲਈ ਨੈਸ਼ਨਨਲ ਪੈਨਸ਼ਨ ਸਕੀਮ ਮਤੇ ਸਾਰੇ ਕੈਂਗ ਚ ਉਪਲਬਧ ਹੈ ਜੰਮੂ ਸਮਾਰਟ ਸਿਟੀ ਗੀ ਈ ਮੋਬਿਲਿਟੀ ਪ੍ਰੋਜੈਕਟ ਅਸਤੇ ਪੁਰਸਕਾਰ ਦਿੱਤਾ ਗਿਆ ਜਿਦੇ ਚ ਭਾਰਤ ਸਮਾਰਟ ਸਿਟੀ ਅਵਾਰਡ ਪ੍ਰਤੀਯੋਗਤਾ 2022 ਦੀ ਅਰਬਨ এনਵਾਇਰਨਮੈਂਟ ਕੈਟਾਗਰੀ ਤਹਿਤ ਈ ਆਟੋ ਤੇ ਈ ਰਿਕਸ਼ਾ ਦਾ ਸਫਲ ਸੰਚਾਲਨ ਸ਼ਾਮਲ ਹੈ ਇਹ ਪੁਰਸਕਾਰ ਸਮਾਰੋਹ ਮੱਧ ਪ੍ਰਦੇਸ਼ ਦੇ ਇੰਦੋਰ ਚ ਹੋਆ ਤੇ ਇਸ ਕਾਰਕਰਮ ਦੇ ਮੁੱਖ ਪਰੋਣੇ ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂਹੀਆਂ ਜੰਮੂ ਸਮਾਰਟ ਸਿਟੀ ਗੀ ਅਰਬਨ এনਵਾਇਰਨਮੈਂਟ ਪ੍ਰੋਜੈਕਟ ਕੈਟਾਗਰੀ ਤਹਿਤ ਕ੍ਰਿਆ ਥਾਰ ਮਿਲਿਆ ਤੇ 인ਦੋਰ ਕੀ ਇਸ ਕੈਟੇਗਰੀ ਤਹਿਤ ਪਹਿਲਾ ਤੇ ਕਰਨਾਟਕਾ ਦੇ ਸ਼ਿਵਾਮੋਗਾ ਕੀ ਦੁਆਥਾਰ ਅਸਲ ਹੋਆ ਜੰਮੂ ਸਮਾਰ ਸਿਟੀ ਕੀ 48 ਸ਼ਹਿਰਾਂ ਆਸਿਆ ਦਿੱਤੇ ਗਏ ਦੇ 75 ਪ੍ਰਸਤਾਵੇ ਚ ਭਾਰਤ ਸਮਾਰ ਸਿਟیز ਅਵਾਰਡ ਕੰਟੈਸਟ ਕੈਟੇਗਰੀ ਚ ਵਿਜੀਤਾ ਦੇ ਤੌਰ ਉਪਰ ਸਨਮਾਨਿਤ ਕੀਤਾ ਗਿਆ ਜੰਮੂ ਸਮਾਰ ਸਿਟੀ ਲਿਮਿਟਿਡ ਦੇ ਸੀਈਓ ਰਾਹੁਲ ਯਾਦਵ ਔਰ 엥ੀ ਕੇਂਦਰੀ ਆਵਾਸ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੂਰੀਉਂ ਦੇ ਕੋਲਾ ਇਹ ਪੁਰਸਕਾਰ ਅਸਲ ਹੋਆ ਲद्दाख 'ਚ ਅੱਜ ਹਿਮਾਲੀਅਨ ਫਿਲਮ ਫੈਸਟੀਵਲ ਦਾ ਦੂਆ ਚਰਨ ਸ਼ੁਰੂ ਹੋਆ ਕਰਦਾ ਹੈ Netflix India ਦੀ ਜਾਣੇ-ਜਾਨ ਜਿਸकी सुयोग घोष ਹੋ ਨੇ ਡਾਇਰੈਕਟ ਕੀਤੀਦਾ ਤੇ ਲਦਾਖ ਸ਼ਾਰਟ ਫਿਲਮ ਲਾਸਟ ਡੇਜ਼ ਆਫ ਸਮਰ ਜਿਸकी स्टੈਂਜ਼ਿੰਗ ਟੈਂਕਕੋਂਗ ਹੋਰੇ ਡਾਇਰੈਕਟ ਕੀਤੀਦਾ ਪੰਜੇ ਰੋਜਾ ਫਿਲਮ ਫੈਸਟੀਵਲ ਦੇ ਉਦਘਾਟਨ 'ਚ ਦਸਿਆ ਜਾਗਨ ਇਸ ਫੈਸਟੀਵਲ ਦਾ ਪਹਿਲਾ ਚਰਨ 2021 'ਚ ਹੋ ਆਹਾ ਤੇ ਉਹਨੇ ਦੋਂ ਬਰੇ ਬਾਅਦ ਹੋ ਆ ਕਰਦਾ ਤੇ ਜਿਸ ਦਾ ਮਕਸਦ ਬਿਰਲੇ ਥਾਂ ਦੇ ਉੱਪਰ ਰੌਣੇ ਆਲੇ ਹਿਮਾਲਿਅਨ ਫਿਲਮ ਮੇਕਰਸ ਦੀ ਲੋਕੇ ਕੰਨੇ ਜੋੜਨਾ ਤੇ ਲਦਾਖ ਐਂਟਰਪ੍ਰੈਨਿਓਰਾਂ ਦੀ ਫਿਲਮ ਮੇਕਰੇ ਮੇਕਰ ਬਣਾਣਾ ਹੈ ਇਸ ਫਿਲਮ ਫੈਸਟੀਵਲ ਦੇ ਉਦਘਾਟਨ ਸਮਾਰੋਹ ਚ ਲਦਾਖ ਦੇ ਉਪ ਰਾਜਪਾਲ ਡਾਕਟਰ ਬੀ ਆਰ ਮਿਸ਼ਰਾ ਹੋਰ ਵੀ ਸ਼ਾਮਲ ਹੋਗਣ ਕਿਸ਼ਤਵਾਲ ਜ਼ਿਲ੍ਹੇ 'ਚ ਇੱਕ ਕੈਟਲ ਸ਼ੈੱਡ 'ਚ ਅੱਗ ਲੱਗਣੇ ਕਰੀ 74 ਬੱਕਰੀਆਂ ਤੇ ਪਿੱਡਾਂ ਮਰੀ ਗਈਆਂ ਸਰਕਾਰੀ ਸੂਤਰੇ ਮੁਤਾਬਕ ਜ਼ਿਲ੍ਹੇ ਦੇ ਡੱਚੇ ਇਲਾਕੇ 'ਚ ਬੁੱਧਵਾਰ ਤੇ ਵੀਰਵਾਰ ਦੀ ਮੁਝਾਲਟੀ ਰਾਤੀ ਸ਼ੈੱਡ 'ਚ ਅੱਗ ਲੱਗੀ ਗਈ ਤੇ ਸਾਰੇ ਦਾ ਸਾਰਾ ਸ਼ੈੱਡ ਫੁਕੋਈ ਗਿਆ ਤੇ 74 ਪਿੱਡਾਂ ਤੇ ਬੱਕਰੀਆਂ ਮਰੀ ਗਈਆਂ ਇਸ ਘਟਨਾ ਤরান ਕੋਈ ਮਨੁੱਖੀ ਜਾਨੀ ਨੁਕਸਾਨ ਨਹੀਂ ਹੋਇਆ ਪੁਲਸ ਅੱਗ ਲੱਗਣ ਦੇ ਪਿੱਛੇ ਦੀ ਵਜ੍ਹਾ ਦਾ ਪਤਾ ਲਾ ਕਰਦੀ ਹੈ सांबा ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਸਫਲ ਐਂਟੀ ਐਕਰੋਚਮੈਂਟ ਅਭਿਆਨ ਚਲਾਇਆ ਜਿਹਦੇ ਚਲਦੇ ਕੱਲ ਇੰਡਸਟਰੀਅਲ ਐਸਟੇਟ ਕਰਨਡੀ ਫੇਸ ਸਟ੍ਰੀਟ 'ਚ ਗੈਰ ਕਾਨੂੰਨੀ ਤੌਰ 'ਤੇ ਕਬਜ਼ਾ ਕੀਤੀ ਜ਼ਮੀਨ ਦੀ ਖਾਲੀ ਕਰਵਾਇਆ ਗਿਆ ਇਸ ਦੇ ਤਹਿਤ ਕਈ ਗੈਰ ਕਾਨੂੰਨੀ ਤੌਰ 'ਤੇ ਪਰ ਕਬਜ਼ਾ ਕੀਤੀ ਜਮੀਨ ਦੀ ਖਾਲੀ ਕਰਵਾਇਆ ਗਿਆ ਤੇ ਗੈਰ ਕਾਨੂੰਨੀ ਢਾਂਚੇਗੀ ਟਾਇਆ ਗਿਆ ਇਸ ਕਾਰਵਾਈ ਕੀ ਇੰਡਸਟਰੀਜ਼ ਤੇ ਕਾਮਰਸ ਮਹਿਕਮੇ ਦੇ ਤੇ ਰੈਵਨਿਊ ਮਹਿਕਮੇ ਦੇ ਸਾਂਭਾ ਤੇ ਸਾਂਭਾ ਪੁਲਿਸ ਦੇ ਅਫਸਰ ਚਾ ਕਰ ਦੇਣ ਇਹਦੇ ਕੰਨੇ ਕੇ ਖਬਰੇਦਾਰ ਬੁਲੇਟਿਨ ਸਮਾਪਤ ਹੋਆ